दो मिनट टाक है ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਆ ਜੀ? ਅਸੀਂ ਇੰਡੀਆ ਪੰਜਾਬ ਤੋਂ ਆਏ ਜੀ। ਨਹੀਂ ਮਤਲਬ ਕਿਹੜੇ ਪਿੰਡ ਚੋਂ? ਕਿਹੜੇ ਜ਼ਿਲ੍ਹੇ? ਮਲੋਟ ਮੰਡੀ। ਹਾਂਜੀ ਮਲੋਟ ਮੰਡੀ। ਮਲੋਟ ਚੋਂ ਆਏ ਆ। ਸੁਣਾਓ ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਜੀ। ਅੱਛਾ, ਪਿਆਰ ਮੁਹੱਬਤ ਦਾ ਤਾਂ ਹੀ ਚੌਥੀ ਵਾਰ ਆ ਰਹੇ ਆ। ਅੱਛਾ, ਚੌਥੀ ਵਾਰੀ ਆ ਗਏ ਆ ਮਾਸ਼ਾ ਅੱਲਾ ਜੀ। ਮੈਂ ਵੀ ਆਪਣੇ ਨਾਲ ਲਈ ਆ ਜੀ, ਮੇਰੇ ਪਤਨੀ ਰਾਜਾ ਭਾਈ ਸਾਹਿਬ ਨੇ। ਅੱਛਾ ਅੱਛਾ ਅੱਛਾ, ਜਗ੍ਹਾ ਫਿਰ ਬਦਲ ਕੇ ਬੈਠੇ ਹੋ ਤੁਸੀਂ? ਹਾਂਜੀ, ਜਗ੍ਹਾ ਬਦਲ ਕੇ ਬੈਠੇ। ਕੋਈ ਗੱਲ ਨਹੀਂ, ਕਿੱਦਾਂ ਲੱਗਾ ਇੱਥੇ ਆਪਣਾ ਦੁਕਾਨਾਂ ਵਾਲਿਆਂ ਨਾਲ ਗੱਲਾਂ ਬਾਤਾਂ ਕਰਕੇ? ਚੀਜ਼ਾਂ ਲੈ ਕੇ ਮਿਠਾਸ ਹੈ ਪੂਰੀ। ਅੱਛਾ, ਪਿਆਰ ਮੁਹੱਬਤ। ਅੱਛਾ, ਮਾਸ਼ਾਅੱਲਾ ਜੀ, ਆਹ ਮਿੱਠਾ ਬੰਦਾ ਬੈਠਾ ਜੀ, ਕਿਆ ਬਾਤ ਹੈ! ਪੂਰੀ ਇੱਜ਼ਤ ਮਾਨ ਕਰਦੇ ਆ ਜੀ ਦੁਕਾਨਦਾਰ। ਅੱਛਾ ਜੀ, ਜਿਹੜੀ ਦੁਕਾਨ ਜਾਂਦੇ ਆ ਪੂਰਾ ਸਤਿਕਾਰ ਦਿੰਦੇ ਨੇ, ਪਰ ਰੇਟ ਨਹੀਂ ਘੱਟ ਕਰਦੇ। ਰੇਟ ਵੀ ਘੱਟ ਕਰੋ ਯਾਰ, ਰੇਟ ਘੱਟ ਕਰੋ। ਪ੍ਰਾਹੁਣੇ ਜਿਹੜੇ ਗੁੱਸੇ ਹੋ ਗਏ ਨਾ ਜਾਣ ਆਪਣੇ, ਅਸੀਂ ਕਹਿੰਦੇ ਅਸੀਂ ਨਿਸ਼ਾਨੀ ਲੈ ਕੇ ਜਾਂਦੇ ਇੱਥੋਂ। ਸਾਨੂੰ ਵਾਜਬ ਰੇਟ ਲਾ। ਅੱਛਾ, ਸਾਡਾ ਵੈਸੇ ਹੀ ਫਿਕਸ ਹੈ ਇੱਥੇ ਆਏ ਨੇ। ਇਹ ਹੁਣ ਬਹੁਤੀਆਂ ਦੁਕਾਨਾਂ ਤੇ ਜੀ ਆਪਣੇ ਇੱਥੇ ਨਾ ਇੱਕਦਮ ਜਾਣੀ ਇੱਕੋ ਹੀ ਰੇਟ, ਉਹਦੇ ਉੱਪਰ ਲਿਖਿਆ ਵੀ ਹੈਗਾ ਇੱਕਦਮ। ਆਹ ਦੇਖੋ ਤੁਹਾਨੂੰ ਦਿਖਾਉਣੇ, ਉਹ ਇੱਕਦਮ ਲਿਖਿਆ ਆ। ਚਲੋ ਬਸ ਪਾਰਟੀ ਹੁਣ ਇਹ ਪਤਾ ਨਹੀਂ ਵੀ ਇੱਕਦਮ ਜਿਹੜਾ ਦੱਸਦੇ ਹੋ ਉੱਪਰ ਵਾਲਾ ਹੀ ਆ ਜਾਂ ਇਹਨਾਂ ਨੇ ਨਵੇਂ ਸਟਿਕਰ ਲਾ ਪ੍ਰਸ਼ਾਸਨ, ਤੁਹਾਡਾ ਸਿਵਲ ਪ੍ਰਸ਼ਾਸਨ ਬੜਾ ਸਤਿਕਾਰ ਕਰਦੇ ਨੇ ਆਉਣ ਦਾ। ਹਾਂ, ਅਤੇ ਬੜਾ ਵਧੀਆ ਮਿਲਦੇ ਨੇ ਸਾਨੂੰ। ਅੱਛਾ ਜੀ, ਕਿਸੇ ਚੀਜ਼ ਤੰਗੀ ਵੀ ਸਾਨੂੰ ਪੁੱਛਦੇ ਨੇ ਵੀ ਤੁਹਾਨੂੰ ਕਿਸੇ ਦਿੱਕਤ ਦੀ ਪਰੇਸ਼ਾਨੀ ਨਹੀਂ ਆਈ? ਸਾਨੂੰ ਪੁੱਛਦੇ ਨੇ ਸਗੋਂ। ਅੱਛਾ, ਅਸੀਂ ਕਹਿੰਦੇ ਸਾਨੂੰ ਕਿਸੇ ਪਰੇਸ਼ਾਨੀ ਨਹੀਂ, ਬੜਾ ਮਾਣ ਸਤਿਕਾਰ ਦਿੰਦੇ ਨੇ। ਬਹੁਤ ਵਧੀਆ, ਤੁਸੀਂ ਰਾਜੀ ਆ? ਮੈਂ ਕਿਹਾ ਪੂਰੇ ਖੁਸ਼ ਆ। ਅੱਛਾ, ਪੂਰੇ ਖੁਸ਼ ਆ ਜੀ। ਹਾਂਜੀ, ਰਸਤਾ ਖੁੱਲ ਜਾਵੇ, ਪੈਦਲ ਆਈਏ ਸਿੱਧਾ। ਤੁਹਾਡੇ ਤਾਂ ਉਹ ਕਿਹੜੀਆਂ ਐਕਟੀਵਾ ਵੀ ਚਲਾ ਕੇ ਜਾਣਾ ਬੁੜੀਆਂ ਨੇ, ਐਕਟੀਵਾ ਚਲਾ ਕੇ ਆ ਜਾ ਕੇ ਨਾ ਆ ਜਾਣਗੇ, ਆ ਜਾਣਗੇ। ਬਹੁਤ ਸ਼ੁਕਰੀਆ ਜੀ। ਵਹੀਕਲ ਤੇ ਆ ਕਰੀਏ, ਖੁੱਲ ਜਾਵੇ ਤਾਂ ਵਹੀਕਲ ਹੋ ਜਾਣਾ ਜੀ, ਹੋ ਜਾਣਾ ਇਨਸ਼ਾਅੱਲਾ ਆਉਣ ਵਾਲੇ ਟਾਈਮ। ਅੱਛੇ ਦੀ ਉਮੀਦ ਰੱਖਣੀ ਚਾਹੀਦੀ ਆ, ਸਭ ਨੂੰ ਖੁਸ਼ੀਆਂ ਬਖਸ਼ੋ। ਤੁਸੀਂ ਆ ਜੀ, ਤੁਸੀਂ ਐਕਟਿਵਾ ਨਵੇਂ ਲਵੋ, ਬਸ ਦਰਵਾਜ਼ਾ ਖੋਲਿਆ ਸਾਡਾ। ਹੱਸੇ ਖੇਡਦੇ ਰਹੀਏ ਜੀ, ਇਹ ਕੀ ਗੱਲ ਆ? ਇਹ ਦੋ ਦਿਨ ਐਕਟਿਵਾ ਜੀ। ਨਨਕਾਣਾ ਸਾਹਿਬ ਦੀਆਂ ਦੁਕਾਨਾਂ ਕੱਪੜੇ ਦੀਆਂ ਇੱਥੇ ਅਸੀਂ ਆਏ ਹਾਂ, ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਇੱਥੇ ਸ਼ੋਪਿੰਗ ਕਰਨ ਆਏ। ਮੌਲਵੀ ਸਾਹਿਬ ਵੀ ਡੀਲ ਕਰਨਗੇ ਇਹਨਾਂ ਨੂੰ, ਇਹ ਅੱਜ ਇਕੱਲੇ ਬੈਠੇ। ਕੀ ਗੱਲ, ਢਿੱਲੇ ਢਿੱਲੇ ਬੈਠੇ ਆ, ਬੜਾ ਖਰਾਬ ਹੋਇਆ ਅੱਜ, ਤਾਂ ਹੀ ਨਹੀਂ ਬੋਲ ਹੁੰਦਾ। ਹਾਂਜੀ, ਆਪ ਕਿਹੜੇ ਜਗ੍ਹਾ ਤੇ ਆਏ? ਅਸੀਂ ਇੱਥੋਂ ਦੇ ਹੀ ਹਾਂ ਜੀ, ਇੱਥੋਂ ਪਾਕਿਸਤਾਨ ਦੇ ਆ। ਦੁਕਾਨ ਦੇਖ ਕੇ ਤੁਹਾਡੀ ਦੁਕਾਨ ਅੱਛੀ ਲੱਗੀ ਆ, ਉਹਦੀ ਇਹ ਤਸਵੀਰ ਲੈ ਰਹੇ ਆ, ਜੇ ਅਸੀਂ ਵੀ ਚੰਗੇ ਲੱਗੇ ਤਾਂ ਵਿੱਚ ਲਾ ਦੇਣਗੇ। ਅੱਛਾ, ਸਾਨੂੰ ਇਹ ਦੱਸੋ ਵੀ ਜਦੋਂ ਤੁਹਾਡੇ ਕੋਲ ਚੜ੍ਹਦੇ ਪੰਜਾਬ ਦੇ ਇੱਥੇ ਮਹਿਮਾਨ ਆਉਂਦੇ ਸਮਾਨ ਲੈਣ, ਉਹਨਾਂ ਨੂੰ ਰੇਟ ਤਾਂ ਠੀਕ ਲਾਉਂਦੇ ਆ ਕਿ? ਹਾਂ, ਰੇਟ ਸਹੀ ਲਾਉਂਦੇ ਆ, ਬਾਕੀ ਫਿਰ ਵੀ ਥੋੜ੍ਹਾ ਬਹੁਤ ਐਡਜਸਟ ਮੁਸਤ ਕਰਦੇ ਆ, ਫਿਰ ਵੀ ਸਹੀ ਕਰਕੇ ਦੇ ਦੇਈਦੀ। ਪੁਰਾਣੇ ਆ ਆਪਣੇ, ਉਹਨਾਂ ਨਾਲ ਰੇਟ ਬਿਲਕੁਲ ਮੁਨਾਸਬ ਕਰਿਆ ਕਰੋ, ਅਗਲੇ ਕਹਿਣ ਨਾਲ ਪਾਕਿਸਤਾਨ ਵਾਲੇ ਦੁਕਾਨਦਾਰਾਂ ਨੇ ਸਾਨੂੰ ਲੁੱਟ ਲਿਆ। ਨਾ ਨਾ, ਰਾਜੀ ਹੋ ਕੇ ਜਾਂਦੇ ਆ, ਨਾਲ ਲਤੀਫੇ ਸੁਣਾਈ ਦੇ, ਨਾਲ ਸ਼ੇਰ ਵੀ ਸੁਣਾਈ ਦੇ ਉਹਨਾਂ ਨੂੰ। ਸਾਨੂੰ ਵੀ ਸੁਣਾ ਦਿਓ ਸ਼ੇਰ। ਉਹ ਫਿਰ ਸੁਣਾਵਾਂਗੇ, ਹੁਣ ਮੂਡ ਨਹੀਂ ਹੈਗਾ। ਮੂਡ ਅੱਛਾ, ਮੂਡ ਕਿੱਦਾਂ ਬਣੂਗਾ ਇਹ ਦੱਸੋ। ਇਹ ਸਾਰਾ ਕੁਝ ਕਰਨਾ ਪੈਂਦਾ, ਤੁਸੀਂ ਜੀ ਕੀ ਖਾਣਾ ਇਹ ਦੱਸੋ, ਪਹਿਲਾਂ ਉਸੇ ਲਈ ਆ ਜਾਣਾ।
ਸੁਣਾਓ ਮਾੜਾ ਟੋਟਾ ਇੱਧਰ ਆਓ ਬਾਬਾ ਦੂਜਾ ਸੁਣਾਉਂਦਾ ਅੱਛਾ ਤੂੰ ਸੋਹਣਾ ਮੁਖੜਾ ਲਗਾਉਣ ਲਈ ਸੱਜਣਾ ਨੇ ਬੂਹ ਹੈ ਕਿੱਚੇ ਕਿਤਾਂ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡ ਲੈ ਗੈਸ ਦਾ ਨਾ ਕਰੀਏ ਇਸਤੇਮਾਲ ਕੀ ਬਾਤ ਹੈ ਜੀ ਸਾਡਾ ਵੀ ਤਾਂ ਮਹਿਮਾਨ ਬਾਬੇ ਤੇ ਮਾਸ਼ਾਅੱਲਾ ਅੱਜ ਵੀ ਨੂਰ ਉਸੇ ਤਰ੍ਹਾਂ ਹੀ ਆ ਜੀ ਨੂਰਾਨੀ ਚਿਹਰਾ ਖੂਬਸੂਰਤ ਹੈ ਅੱਲਾ ਪਾਕ ਇਹਨਾਂ ਨੂੰ ਇੱਥੇ ਹੱਸਦਾ ਵਸਦਾ ਰੱਖੇ ਜੀ ਜੀ ਬਿਲਕੁਲ ਲੈ ਲਿਆ ਸਮਾਨ ਕਿ ਲੈਣਾ ਹਾਲੇ ਹਾਂਜੀ ਦੋ ਚੂਨੀਆਂ ਤਾਂ ਇੰਨੇ ਦੇਣੇ ਹੈਲੋ ਛੀਆਂ ਦੇ ਆ ਗਏ ਕੀ ਲਿਆ ਬਾਬਾ ਜੀ ਚੁੰਨੀਆਂ ਦੋ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਥੇ ਅਸੀਂ ਇੱਥੋਂ ਆਪਣਾ ਸਮਾਨ ਕੁਝ ਖਰੀਦ ਰਹੇ ਹਾਂ ਕੱਪੜੇ ਖਰੀਦੇ ਆ ਅੱਛਾ ਜੀ ਹਾਂਜੀ ਬਹੁਤਾ ਤਾਂ ਨਹੀਂ ਰੇਟ ਲਾਤਾ ਪਰਾਉਣਿਆਂ ਨੂੰ ਬਾਈ ਜੀ ਵੈਸੇ ਸਾਡੀ ਬੜੀ ਮੁਹੱਬਤ ਆਈ ਨਾ ਅੱਛਾ ਜੀ ਬਿਲਕੁਲ ਮੁਨਾਸਬ ਰੇਟ ਰੱਖੀਦਾ ਇਹਨਾਂ ਵਾਸਤੇ ਅੱਛਾ ਕਿਹੜੇ ਏਰੀਏ 'ਚੋਂ ਆਏ ਆਪਾਂ ਆਪਾਂ ਇੱਥੋਂ ਆਏ ਤੁਹਾਡੇ ਬਿਲਕੁਲ ਨੇੜਿਓ ਖੇਮ ਕਰਨ ਤੋਂ ਆਏ ਹਾਂ ਕੀ ਬਾਤਾਂ ਜੀ ਕੀ ਬਾਤਾਂ ਸਾਨੂੰ ਬਹੁਤ ਖੁਸ਼ੀ ਹੋਈ ਆ ਮਸਲਾ ਹੱਲ ਹੋ ਗਿਆ ਵਾ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਜੀਂਦ ਜ਼ਿਲ੍ਹਾ ਜੀਂਦ ਤਹਿਸੀਲ ਸਿੱਧੂ ਅੱਛਾ ਜੀ ਅਤੇ ਪਿੰਡ ਕਿਹੜਾ ਆਪਣਾ ਪਿੰਡ ਜੀ ਸਿੱਧੂ ਖਾਸ ਅਤੇ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਕਿੱਦਾਂ ਦਾ ਲੱਗਿਆ ਮੈਂ ਕੋਈ ਕਹਿ ਨਹੀਂ ਸਕਦਾ ਕਹਿ ਲਓ ਚਲੋ ਕੋਈ ਨਹੀਂ ਕਹਿ ਲਓ ਕੁਛ ਨਾ ਕੁਛ ਤਾਂ ਕਹੋ ਜਿਹੜੀ ਤੁਹਾਡੀ ਮਸ਼ਹੂਰ ਕਰ ਰਹੇ ਸਟਾਫ ਦੀ ਤੁਹਾਡੀ ਜੀ ਅੱਛਾ ਇੰਨਾ ਵਧੀਆ ਲੱਗਾ ਵੀ ਤੁਹਾਡੇ ਕੋਲ ਲਫ਼ਜ਼ ਹੈ ਨਹੀਂ ਗੇ ਕਿਆ ਬਾਤ ਆ ਕਿਆ ਬਾਤ ਆ ਜੀ ਤੇ ਪਹਿਲੀ ਵਾਰੀ ਆਏ ਜੀ ਵਾਹਿਗੁਰੂ ਤੇ ਕੀ ਫੀਲਿੰਗ ਨੇ ਕੀ ਤੁਹਾਡਾ ਜਿਹੜਾ ਹੈ ਮਨ ਕੀ ਕਹਿੰਦਾ ਜੀ ਮੈਂ ਕਹਿੰਦਾ ਤੁਹਾਨੂੰ ਕਹਿੰਦਾ ਕਿ ਅਸੀਂ ਬਹੁਤ ਹੀ ਖੁਸ਼ ਹਾਂ ਸਭ ਤੋਂ ਜ਼ਿਆਦਾ ਹੁਣ ਧੰਨਵਾਦੀ ਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦੀ ਹਾਂ ਗੁਰੂ ਨਾਨਕ ਦਾ ਧੰਨਵਾਦੀ ਹਾਂ ਇੱਥੋਂ ਦੇ ਸਟਾਫ ਦਾ ਤਾਂ ਕਿਆ ਕਹਿਣਾ ਹੈ ਪਾਕਿਸਤਾਨੀ ਲੋਕਾਂ ਦਾ ਜੀ ਮੇਲ ਮਿਲਾਪ ਬਹੁਤ ਚਾਵਨ ਬਹੁਤ ਹੀ ਅੱਛਾ ਕੁਛ ਕਹਿ ਨਹੀਂ ਸਕਦੇ ਪ੍ਰਸ਼ਾਸਨ ਜੀ ਮੈਂ ਕਹਿੰਦਾ ਮੈਂ ਵਿੱਚ ਹੀ ਆ ਗਿਆ ਸਭ ਤੁਹਾਡਾ ਮੀਡੀਅਮ ਸਟਾਫ ਪੁਲਿਸ ਸਟਾਫ ਮਿਲਟਰੀ ਸਟਾਫ ਉਹਦੀ ਕੋਈ ਵੀ ਸਿਫਤ ਨਹੀਂ ਥੋੜ੍ਹੀ ਜਿਹੀ ਕਰ ਰਹੀ ਹੈ ਬਹੁਤ ਚੰਗਾ ਹੈ ਕੀ ਕਹੋਗੇ ਹੁਣ ਜਾ ਕੇ ਤੁਸੀਂ ਉੱਥੇ ਜਿਹੜੀਆਂ ਗੱਲਾਂ ਬਾਤਾਂ ਬਣੀਆਂ ਸੀ ਸਾਰੇ ਜਾਓ ਤੇ ਸਾਰੇ ਉੱਥੇ ਪਾਕਿਸਤਾਨ 'ਚ ਪਤਾ ਨਹੀਂ ਕੀ ਹੋ ਜਾਣਾ ਇੱਦਾਂ ਦੀਆਂ ਗੱਲਾਂ ਬਾਤਾਂ ਬਣੀਆਂ ਸੀ ਵੀ ਪਤਾ ਨਹੀਂ ਉੱਥੇ ਜਾ ਕੇ ਕੀ ਹੋ ਜਾਣਾ ਤੇ ਹੁਣ ਤੁਸੀਂ ਕੀ ਆਪਣੇ ਅੱਖੀਂ ਦੇਖ ਲਿਆ ਸਾਰਾ ਕੁਛ ਤੁਸੀਂ ਕੀ ਕਹੋਗੇ ਜਾ ਕੇ ਉੱਥੇ ਮੈਂ ਕਹੋ ਜਿਹਨੇ ਜਿਹੜਾ ਨਹੀਂ ਜਾਂਦਾ ਉਹ ਵੀ ਜਾਓ ਉਹ ਵੀ ਜਾਓ ਬਾਬਾ ਜੀ ਨੌਜਵਾਨ ਪੀੜ੍ਹੀ ਬਹੁਤ ਘੱਟ ਆ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉੱਥੇ ਥੋੜ੍ਹੀ ਅੜਚਣ ਹੈ ਕੀ ਹੈ ਜੀ ਉਹ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਪਾਕਿਸਤਾਨ ਜਾਏਗਾ ਨਾ ਹਾਂਜੀ ਉਹਦੇ ਵਿਜੇ 'ਤੇ ਮੋਹਰ ਲਾ ਕੇ ਲਾਲ ਉਹ ਬਾਹਰ ਇਹ ਬਹੁਤ ਬੜਾ ਇੱਕ ਪ੍ਰੋਪਾਗੈਂਡਾ ਦੁਨੀਆਂ ਦਾ ਕੋਈ ਐਸਾ ਦੇਸ਼ ਦੱਸ ਦਿਓ ਜਿੱਥੇ ਪਾਕਿਸਤਾਨੀ ਨਹੀਂ ਹੈਗੇ ਜੀ ਅਸੀਂ ਚਾਰ ਜਣੇ ਆਏ ਹਾਂ ਸਿਰਫ ਨੌਜਵਾਨ ਉੱਧਰੋਂ ਤੁਸੀਂ ਵੀ ਜਵਾਨ ਹੀ ਆ ਬਾਈ ਕਾਫੀ ਨੌਜਵਾਨ ਆਏ ਬਿਲਕੁਲ ਹੀ ਲੱਗ ਰਿਹਾ ਹਲੇ ਸਾਰੇ ਗੁਆਂਢੀ ਸਾਡੇ ਚੈਨਲ ਹੈ ਜੀ
ਮੈਨੂੰ ਇਸ ਗੱਲ ਸਮਝ ਨਹੀਂ ਆ ਰਹੀ ਵੀ ਇਹ ਸਰਕਾਰਾਂ ਕੀ ਕਰ ਰਹੀਆਂ ਨੇ।